ਭਾਰਤ ਪਾਕਿਸਤਾਨ ਦੇ ਵਿੱਚ ਬਣਨ ਜਾ ਰਹੇ ਕਰਤਾਰਪੁਰ ਕੋਰੀਡੋਰ ਦਾ ਕੰਮ ਜਿੱਥੇ ਪੂਰੇ ਜ਼ੋਰਾਂ ਉੱਤੇ ਜਾਰੀ ਹੈ ਉੱਥੇ ਕੋਰੀਡੋਰ ਖੁੱਲ੍ਹਣ ਦੀ ਤਾਰੀਖ ਵੀ ਕੋਲ ਆਉਂਦੀ ਜਾ ਰਹੀ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ 14 ਅਕਤੂਬਰ ਨੂੰ ਹੋਮ ਸੈਕਟਰੀ ਡੇਰਾ ਬਾਬਾ ਨਾਨਕ ਪਹੁੰਚ ਕੇ ਕੋਰੀਡੋਰ ਉਸਾਰੀ ਦਾ ਜਾਇਜ਼ਾ ਲੈਣਗੇ। ਜਾਣਕਾਰੀ ਦਿੰਦੇ ਹੋਏ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਨੁਮਾਇੰਦੇ ਨੇ ਦੱਸਿਆ ਕਿ 14 ਅਕਤੂਬਰ ਨੂੰ ਹੋਮ ਸੈਕਟਰੀ ਕੋਰੀਡੋਰ ਉਸਾਰੀ ਦਾ ਜਾਇਜ਼ਾ ਲੈਣ ਪਹੁੰਚਣਗੇ ਅਤੇ ਬਾਅਦ ਵਿੱਚ ਵੱਖ ਵੱਖ ਉਸਾਰੀ ਕੰਮਾਂ ਨੂੰ ਲੈ ਕੇ ਸੰਬੰਧਿਤ ਅਧਿਕਾਰੀਆਂ ਦੇ ਨਾਲ ਵੀ ਇੱਕ ਵਿਸ਼ੇਸ਼ ਬੈਠਕ ਕਰਨਗੇ। ਇਸ ਦੌਰਾਨ ਲੈਂਡ ਪੋਰਟ ਅਥਾਰਟੀ ਆਫ ਇੰਡੀਆ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਕਸਟਮ ਵਿਭਾਗ ਅਤੇ BSF ਦੇ ਨਾਲ ਨਾਲ ਹੋਰ ਵੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹਿਣਗੇ। 14 ਤਾਰੀਖ ਕੋ ਜਹਾਂ ਤੱਕ ਜੋ ਜਾਣਕਾਰੀ ਹੈ ਮੇਰੇ ਹਿਸਾਬ ਸੇ ਵੋ ਤੋ ਕਾਮੋ ਕਾ ਜਾਇਜ਼ਾ ਲੈਣੇ ਆ ਰਹੇ ਹੈ ਕਿ ਹਮਾਰੀ ਤਿਆਰੀਆਂ ਕਿਤਨੀ ਹੈ ਔਰ ਹਮ ਕਹਾਂ ਤੱਕ ਜੋ ਹੈ ਹਮਨੇ ਪ੍ਰੋਗਰੈਸ ਅਚੀਵ ਕਰ ਲਿਆ ਹੈ ਤੋ ਬਸ ਉਸਕੇ ਬਾਰੇ ਮੇਂ ਜੋ ਹੈ ਮੋਨੀਟਰਿੰਗ ਕਰੇਂਗੇ ਉਸਕੇ ਹਿਸਾਬ ਸੇ ਦੇਖੇਂਗੇ। ਕਿਤਨੇ ਵਜੇ ਮੀਟਿੰਗ ਸ਼ੁਰੂ ਹੋਗੀ ਔਰ ਮੀਟਿੰਗ ਮੇਂ ਕੌਣ ਕੌਣ ਸੇ ਡਿਪਾਰਟਮੈਂਟਸ ਰਹੇਂਗੇ? ਮੀਟਿੰਗ ਕੇ ਬਾਰੇ ਮੇਂ ਤੋ ਪੂਰੀ ਜਾਣਕਾਰੀ ਮੇਰੇ ਕੋ ਨਹੀਂ ਹੈ ਅਭੀ। ਡਿਪਾਰਟਮੈਂਟਸ ਕੌਣ ਕੌਣ ਸੇ ਹੋਗੇ ਉਸ ਵਕਤ? जितने भी हैं नेशनल हाईवे अथॉरिटी है, आपका LPI है, बाकी जो है अलाइड जितने भी एजेंसीज हैं और जो जो भी हमारे वर्किंग एजेंसीज हैं, एग्जीक्यूटिंग एजेंसी है, सबके बारे में वो पूरा डिटेल है। बात कीजिए करतारपुर कॉरिडोर की तो कितना काम मुकम्मल हो गया है और कब तक ये सारा मुकम्मल हो जाएगा? देखिए आपने भी देखा है कि पूरा जितने भी मेजर वर्क्स हैं सभी कम्प्लीट हो चुके हैं और अब जो है रोड फर्निशिंग फिनिशिंग और जो बैलेंस छोटे छोटे जो काम हैं उनको किया जा रहा है कि साथ में ये क्या है कि यहाँ पे ट्रांसपोर्टेशन और ये ट्रांसपोर्ट मूवमेंट वगैरह भी कंप्लीट कंटिन्यूस बनी हुई है। उसके बाद भी जो है हम लोग जो है टाइम निकाल के फुल टाइम काम करवा रहे हैं, 24 घंटे काम चल रहा है और जो भी हमारा शेड्यूल टाइम है उससे पहले हम लोग काम खत्म कर रहे हैं। गुरदासपुर तो जितेंद्र कुंदल की रिपोर्ट, GABRU TV न्यूज़।